ਕੀ ਆਬਧਾਇਕ ਨੇ ਇੱਟ ਨਾਲ ਜਿਹੜਾ ਹਲਵਾਈ ਤੇ ਹਮਲਾ ਕੀਤਾ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜੀ ਜੀ ਅਖਲੇਸ਼ ਤਰਪਾਠੀ ਜੀ ਲਾਲ ਬਾਗ ਇਲਾਕਾ ਜਨਕਪੁਰੀ ਦੇ ਵਿੱਚ জাহাঙ্গীরਪੁਰੀ ਦੇ ਵਿੱਚ ਜੀ ਦਿੱਲੀ ਦੇ ਵਿੱਚ ਦੋ ਸਕੇ ਭਰਾ ਨੇ ਗੁੱਡੂ ਤੇ ਮਕੇਸ਼ ਜੀ ਇਹਨਾਂ ਨੇ ਉਸ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਬਾਰੇ ਸਵਾਲ ਕਰ ਦਿੱਤਾ ਜੀ ਕਹਿੰਦੇ ਇਹਨਾਂ ਨੂੰ ਗੁੱਸਾ ਆ ਗਿਆ ਇਹਨਾਂ ਨੇ ਉਹਨਾਂ ਤੇ ਠਿਚਲਾ 323 341 ਦਾ ਪਰਚਾ ਦਰਜ ਹੋ ਗਿਆ ਕਹਿੰਦੇ ਸਿਰ ਦੇ ਵਿੱਚ ਸੱਟ ਵੱਜੀ ਹੈ ਜੇ ਡਾਕਟਰਾਂ ਨੇ ਕੋਈ ਰਿਪੋਰਟ ਹੋਰ ਦੇਤੀ ਕਿ ਇਹ ਸੱਟ ਦੇ ਨਾਲ ਬੰਦੇ ਦੀ ਜੀਵਨ ਨੂੰ ਖਤਰਾ ਹੋ ਸਕਦਾ ਸੀ ਤਾਂ ਇਹ ਧਾਰਾ 307 ਵੀ ਲੱਗ ਸਕਦੀ ਹੈ ਵਿਧਾਇਕਾਂ ਵੱਲੋਂ ਜਸ਼ਨ ਬਣਾਏ ਜਾ ਰਹੇ ਨੇ ਤੇ ਉੱਤੇ ਹੀ ਟਵੀਟ ਤੇ ਟਵੀਟ ਕਰਕੇ ਜਿਹੜੀਆਂ ਲਗਾਤਾਰ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਉਥੇ ਭਗਵੰਤ ਮਾਨ ਦੀ ਘਰ ਵਾਲੀ ਗੁਰਪ੍ਰੀਤ ਕੌਰ ਡਾਕਟਰ ਉਹ ਲਗਾਤਾਰ ਉਹਨਾਂ ਦੇ ਜਵਾਬ ਵੀ ਦੇ ਰਹੀ ਹੈ ਤੇ ਲੋਕਾਂ ਨੂੰ ਵਧਾਈਆਂ ਵਾਪਸ ਦੀ 92 ਵਧਾਇਕਾਂ ਦਾ ਸਭ ਤੋਂ ਵੱਡਾ ਲੀਡਰ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਜਿਹਦੇ ਕਰਕੇ ਭਗਵੰਤ ਸਿੰਘ ਮਾਨ ਨੂੰ ਅੱਜ ਸਾਰੇ ਪਾਸੋਂ ਵਧਾਈਆਂ ਮਿਲ ਰਹੀਆਂ ਨੇ ਵਧਾਈਆਂ ਵਾਲਾ ਕੰਮ ਵੀ ਹੈ ਤੇ ਅਸੀਂ ਵੀ ਵਧਾਈ ਦਿੰਦੇ ਆ ਕਈਆਂ ਤੇ ਦੋਸ਼ ਲੱਗਦਾ ਕਿ ਉਹਨਾਂ ਨੇ ਧਰਮ ਬਦਲੇ ਹੈ ਹੋਰ ਧਰਮ ਦੇ ਤੇ ਮੁਸਲਮ ਧਰਮ ਕਬੂਲ ਕਰਕੇ ਉਹਨਾਂ ਨੇ ਇੱਕ ਤੋਂ ਵੱਧ ਵਿਆਹ ਕਰਾਇਆ ਹੈ ਭਾਰਤ ਦੇ ਇਕੱਲੇ ਨੇਤਾ ਨਹੀਂ ਹੈਗੇ ਜੀ ਜਿਨ੍ਹਾਂ ਨੇ ਪਹਿਲੀ ਵਾਰ ਇਹ ਮੁੱਖ ਮੰਤਰੀ ਹੁੰਦਿਆਂ ਵਿਆਹ ਕਰਾਇਆ ਕਿ ਬਹੁਤ ਸਾਰੇ ਹੋਰ ਆਗੂ ਵੀ ਹਨ ਜੀ ਜਿਨ੍ਹਾਂ ਨੇ ਮਤਲਬ ਮੁੱਖ ਮੰਤਰੀ ਹੁੰਦਿਆਂ ਇਹ ਵਿਆਹ ਕਰਾਇਆ ਬੇਅਦਬੀ ਤਾਂ ਬੇਅਦਬੀ ਆਮਦ ਦੇ ਵਿੱਚ ਤਿੰਨ ਡੇਰਾ ਪ੍ਰੇਮੀ ਨੂੰ ਤਿੰਨ ਤਿੰਨ ਸਾਲ ਦੀ ਜੇਲ੍ਹ ਅਦਾਲਤ ਨੇ ਸਜ਼ਾ ਸੁਣਾਈ ਇਲਾਕੇ ਦੇ ਲੋਕ ਇਸ ਗੱਲ ਤੋਂ ਸੰਤੁਸ਼ਟ ਨਹੀਂ ਉਹ ਕਹਿੰਦੇ ਕਿ ਇਹ ਧਾਰਾ ਕਤਲ ਦੀ ਲੱਗਣੀ ਚਾਹੀਦੀ ਸੀ ਤੇ ਇਹਨਾਂ ਨੂੰ ਘੱਟੋ-ਘੱਟ ਉਮਰ ਕੈਦ ਹੁੰਦੀ ਤੇ ਪਤਾ ਲੱਗਦਾ ਦੇ ਦੂਜੇ ਦੇ ਧਰਮ ਦੇ ਵਿੱਚ ਜਾ ਕੇ ਦਖਲ ਅੰਦਾਜ਼ੀ ਕਰਨ ਦਾ ਕੀ ਫਲ ਮਿਲਦਾ ਹੈ ਦੋ ਬੰਦੇ ਨੇ ਇਹਨਾਂ ਦਾ ਨੋਆ ਹੈ ਦਵਿੰਦਰ ਤੇ ਦੂਜਾ ਹੈਗਾ ਸਤਪਾਲ ਸੱਤਾ ਕਿਸ ਲਵੇ ਗੱਲ ਕੀਤੀ ਭਗਵੰਤ ਜੀ ਤਾਂ ਡਾਕਟਰ ਦਲਜੀਤ ਚੀਮਾ ਜੋ ਕਿ ਕਾਲੀਵਾਲ ਦੀ ਸੀਨੀਅਰ ਆਗੂ ਨੇ ਉਹਨਾਂ ਨੇ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਇੱਕ ਮਿੱਠਾ ਜਾ ਤੰਡ ਵੀ ਗੱਲ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਅਮਰਿੰਦਰ ਰਾਜਾ ਵੜਿੰਗ ਹੋਣ ਪ੍ਰਤਾਪ ਸੋ ਬਾਜਵਾ ਹੋਣ ਇੱਥੋਂ ਤੱਕ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਦਾ ਜਿਹੜਾ ਸੱਭਿਆਚਾਰਾ ਉਹਦਾ ਸੁਭਾਅ ਆ ਕਿ ਟੀਚਰਾਂ ਅਸੀਂ ਇੱਕ ਦੂਜੇ ਨੂੰ ਕਰਦੇ ਰਹਿੰਦੇ ਸਿਮਰਨਜੀਤ ਸਿੰਘ ਮਾਨ ਦੀ ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਵਿੱਕੀ ਮੱਡੂ ਖੜਾ ਕਤਲ ਮਾਮਲੇ ਦੇ ਵਿੱਚ ਜਿਹੜਾ ਸੁਖਵੀਰ ਬਾਦਲ ਤੋਂ ਵੀ ਪੁੱਛ ਗਿੱਚ ਕਿ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਤੋਂ ਪੁੱਛ ਗਿੱਚ ਨਹੀਂ ਹੁੰਦੀ ਇਸ ਮਾਮਲੇ ਦੇ ਵਿੱਚ ਅਖੀਰ ਤੱਕ ਕੋਈ ਗੱਲ ਕਿਸੇ ਸਿਰੇ ਲੱਗਦੀ ਨਜ਼ਰ ਨਹੀਂ ਆ ਰਹੀ ਇਹ ਮਾਨ ਸਾਹਿਬ ਨੇ ਅੱਜ ਬਠਿੰਡੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਦੋਸ਼ ਲਾਇਆ ਮਿੱਡੂ ਖੇੜਾ ਕਤਲ ਮਾਮਲੇ ਦੀ ਤਾਂ ਉਸ ਦੇ ਵਿੱਚ ਜਿਹੜਾ ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਸ਼ਗਨਪ੍ਰੀਤ ਦਾ ਉਸ ਦੀ ਅਦਾਲਤ ਦੇ ਵਿੱਚ ਅੱਜ ਤੀਗ ਸਿੰਘ ਜੀ ਜਿਸ ਨੂੰ ਰੱਖਮਾ ਰੱਖ ਲਿਆ ਬਾਹਜੋਗ ਅਦਾਲਤਰੇ ਵਿੱਚੋਂ ਵਿੱਚ ਟੋਕਾ ਟਕਾਈ ਕੀਤੀ ਕਿ ਉਹਦਾ ਫੋਨ ਦਾ ਆਈ ਐਮਈ ਨੰਬਰ ਤੇ ਦੂਜੇ ਨੰਬਰ ਦੀਆਂ ਲੋਕੇਸ਼ਨਾਂ ਮਲਾਈਆਂ ਨੇ ਕਿ ਜਦੋਂ ਅਦਾਲਤ ਦਾ ਫੈਸਲਾ ਆਵੇਗਾ ਉਸ ਤੋਂ ਬਾਅਦ ਪਤਾ ਲੱਗੇਗਾ ਜਾਂ ਅਦਾਲਤ ਇਹੋ ਕਹਿੰਦੀ ਹੈ ਕਿ ਤੁਸੀਂ ਪਹਿਲਾਂ ਜਾਂਚ ਏਜੰਸੀ ਕੋਲੇ ਜਾਵੋ ਜੇ ਉਹਦੀ ਰੱਦ ਹੋ ਗਈ ਜਵਾਨ ਉਹ ਹਾਈ ਕੋਰਟ ਜਾ ਸਕਦਾ ਹੈ ਨਾ ਸੁਪਰੀਮ ਕੋਰਟ ਜਾ ਸਕਦਾ ਹੈ ਜੇ ਸੁਪਰੀਮ ਕੋਰਟ ਤੋਂ ਵੀ ਰੱਦ ਹੋ ਗਈ ਤਾਂ ਫਿਰ ਉਹਨੂੰ ਜਾਂਚ ਏਜੰਸੀ ਦੇ ਸਾਹਮਣੇ ਆ ਕੇ ਪੇਸ਼ ਹੋਣਾ ਪਵੇਗਾ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਟੈਲੋ ਜੀ ਆਪਾਂ ਦਾ ਸਵਾਗਤ ਕਰੀ ਸਰ ਅਸੀਕਾਲ ਜੀ ਅਸੀਕਾਲ ਜੀ ਭੰਗੂ ਸਾਹਿਬ ਜੇਕਰ ਗੱਲ ਕੀਤੀ ਹੈ ਭਗਵੰਤ ਮਾਨ ਦੇ ਵਿਆਹ ਦੀ ਤਾਂ ਭਗਵੰਤ ਮਾਨ ਦੇ ਵਿਆਹ ਦੀਆਂ ਰੌਣਕਾਂ ਚਾਰੇ ਪਾਸੇ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਵਰਕਰਾਂ ਤੇ ਵਧਾਈ ਕੰਮੋਲਾਈਜੇਸ਼ਨ ਬਣਾਏ ਜਾ ਰਹੇ ਨੇ ਤੇ ਉੱਤੇ ਹੀ ਟਵੀਟਸ ਟਵੀਟ ਕਰਕੇ ਜਿਹੜੀਆਂ ਲਗਾਤਾਰ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਉਥੇ ਭਗਵੰਤਬਾਦੀ ਘਰ ਵਾਲੀ ਗੁਰਪ੍ਰੀਤ ਕੌਰ ਡਾਕਟਰ ਉਹ ਲਗਾਤਾਰ ਉਹਨਾਂ ਦੇ ਜਵਾਬ ਵੀ ਦੇ ਰਹੀ ਐ ਤੇ ਲੋਕਾਂ ਨੂੰ ਵਧਾਈਆਂ ਵਾਪਸ ਦੇ ਰਹੀ ਐ ਚਲੋ ਇਹ ਤਾਂ ਪਿਰਤ ਹੈ ਸਾਡੀ ਜੀ ਜੇਕਰ ਕੋਈ ਬੰਦਾ ਵਧਾਈ ਦੇਵੇ ਹਰੇਕ ਬੰਦਾ ਉਹਦਾ ਜਿਹੜਾ ਜਵਾਬ ਦਿੰਦਾ ਹੈ ਧੰਨਵਾਦ ਕਰਦਾ ਹੈ ਚੰਗੀ ਗੱਲ ਹੈ ਇਹ 'ਚ ਮਾੜਾ ਵੀ ਕੁਝ ਨਹੀਂ ਹੈ ਦੂਜਾ ਇਸ ਮਾਮਲੇ ਦੇ ਵਿੱਚ ਅਸੀਂ ਇਹ ਕਹਾਂਗੇ ਕਿ ਵਿਧਾਇਕਾਂ ਦਾ ਸਮਾਗਮ ਹੈ ਵਿਧਾਇਕਾਂ ਦਾ ਉਹ ਲੀਡਰ ਹੈ 92 ਵਿਧਾਇਕਾਂ ਦਾ ਸਭ ਤੋਂ ਵੱਡਾ ਲੀਡਰ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਜਿਹਦੇ ਕਰਕੇ ਭਗਵੰਤ ਸਿੰਘ ਮਾਨ ਨੂੰ ਅੱਜ ਸਾਰੇ ਪਾਸੋਂ ਵਧਾਈਆਂ ਮਿਲ ਰਹੀਆਂ ਨੇ ਵਧਾਈਆਂ ਵਾਲਾ ਕੰਮ ਵੀ ਹੈ ਤੇ ਅਸੀਂ ਵੀ ਵਧਾਈ ਦਿੰਨੇ ਆਂ ਕਿ ਉਹ ਦੁਬਾਰਾ ਵਿਆਹ ਦੇ ਬੰਧਨ ਚ ਆਏ ਨੇ ਬਹੁਤ ਸਾਰੇ ਲੋਕਾਂ ਵੱਲੋਂ ਕ੍ਰਿਟਿਸਿਜ਼ਮ ਵੀ ਹੋ ਰਿਹਾ ਹੈ ਇਹਦੀ ਮੈਂ ਉਹਨਾਂ ਲੋਕਾਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਕ੍ਰਿਟਿਸਿਜ਼ਮ ਜੰਨਾ ਮਰਜੀ ਕਰੋ ਇਹ ਉਹਦਾ ਵਿਅਕਤੀਗਤ ਮਾਮਲਾ ਹੈ ਇਹਦੇ ਵਿੱਚ ਇਤਰਾਜ਼ ਪਹਿਲਾਂ ਵਾਲੀ ਧਰਮ ਪਤਨੀ ਨੂੰ ਹੋ ਸਕਦਾ ਹੈ ਬੱਚੇ ਜਿਨ੍ਹਾਂ ਦੇ ਪਿੱਛੇ ਡਾਕਟਰ ਆਫ ਜਾਂ son of ਭਗਵੰਤ ਸਿੰਘ ਮਾਨ ਲਿਖਿਆ ਹੈ ਪਰ ਇੱਥੇ ਤਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਵੀ ਇੱਕ ਤੋਂ ਵੱਧ ਵਿਆਹ ਕਰਾ ਰੱਖੇ ਨੇ ਕਈਆਂ ਤੇ ਦੋਸ਼ ਲੱਗਦਾ ਕਿ ਉਹਨਾਂ ਨੇ ਧਰਮ ਬਦਲੇ ਹੈ ਉਹ ਹੋਰ ਧਰਮ ਦੇ ਤੇ ਮੁਸਲਮ ਧਰਮ ਕਬੂਲ ਕਰਕੇ ਉਹਨਾਂ ਨੇ ਇੱਕ ਤੋਂ ਵੱਧ ਵਿਆਹ ਕਰਾਇਆ ਹੈ ਭਾਰਤ ਦੇ ਇਕੱਲੇ ਨੇਤਾ ਨਹੀਂ ਹੈਗੇ ਜੀ ਜਿਨ੍ਹਾਂ ਨੇ ਪਹਿਲੀ ਵਾਰ ਇਹ ਮੁੱਖ ਮੰਤਰੀ ਹੁੰਦਿਆਂ ਵਿਆਹ ਕਰਾਇਆ ਕਿ ਬਹੁਤ ਸਾਰੇ ਹੋਰ ਆਗੂ ਵੀ ਹਨ ਜੀ ਜਿਨ੍ਹਾਂ ਨੇ ਮਤਲਬ ਮੁੱਖ ਮੰਤਰੀ ਹੁੰਦਿਆਂ ਇਹ ਵਿਆਹ ਕਰਾਏ ਨੇ ਜੀ ਜਿਹੜਾ ਦਾ ਟਵਿੱਟਰ ਹੈਂਡਲ ਡਾਕਟਰ ਗੁਰਪ੍ਰੀਤ ਕੌਰ ਆ ਜਿਹੜੀ ਜੀ ਕੁਰਕ ਖੇਤਰ ਦੀ ਰਹਿਣ ਵਾਲੀ ਹੈ ਜੀ ਠੀਕ ਹੈ 18 ਦੇ ਵਿੱਚ ਕਹਿੰਦੇ ਐਕਟਿਵ ਹੋਈ ਸੀ ਤੇ ਕਿਸਾਨ ਅ ਜਦੋਂ ਮੋਰਚਾ ਚੱਲਦਾ ਸੀ ਉਹਦੇ ਵਿੱਚ ਵੀ ਇਹਦੀ ਕਾਫੀ ਸਰਗਰਮੀ ਦੇਖਣ ਨੂੰ ਮਿਲੀ ਸੀ ਜੀ ਸੋ ਲੜਕਾ ਮੁੱਖ ਮੰਤਰੀ ਹੈ ਜੀ ਭਗਵੰਤ ਸਮਾਨ ਦੀ 48 ਸਾਲ ਦੀ ਉਮਰ ਹੈ 2015 ਚ ਆਦਾ ਪਹਿਲੀ ਪਤਨੀ ਬੀਬੀ ਇੰਦਰਜੀਤ ਕੌਰ ਨਾਲ ਤਲਾਕ ਹੋ ਗਿਆ ਸੀਗਾ ਉਹ ਅੱਜਕੱਲ ਬਾਹਰ ਰਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਜੁਡੀਸ਼ੀਅਲ ਜੀ ਡੀ ਐਸ ਨੇਤਾ ਨੇ ਐਚ ਡੀ ਕੁਵਾਰਾ ਸੋਮੀ 2006 ਚ ਅਹੁਦੇ ਤੇ ਇਹਨਾਂ ਦਾ ਵੀ ਦੂਜਾ ਵਿਆਹ ਹੋਇਆ ਸੀ ਉਹਨਾਂ ਨੇ ਗੁਪਤ ਰੂਪ ਵਿੱਚ ਕੰਨੜ ਫਿਲਮ ਇੰਡਸਟਰੀ ਦੀ ਅਦਾਕਾਰਾ ਰਦਕਾ ਨਾਲ ਵਿਆਹ ਕੀਤਾ ਸੀ 2010 ਚ ਦੱਸਣ ਵਾਲੀ ਗੱਲ ਇਹ ਹੈ ਕਿ ਰਦਕਾ ਦਾ ਜਨਮ 1986 ਚ ਹੋਇਆ ਸੀ ਉਸ ਵੇਲੇ ਐਚ.ਡੀ. ਕੁਵਾਰਾ ਸੋਮੀ ਦਾ ਪਹਿਲਾ ਵਿਆਹ ਹੋਇਆ ਸੀ ਕੁਵਾਰਾ ਸੋਮੀ 2006 ਤੋਂ ਲੈ ਕੇ 2007 ਤੱਕ ਮੁੱਖ ਮੰਤਰੀ ਰਹੇ ਐਂਟੀ ਰਾਮਰਾਉ ਸਾਬ ਦਾ ਵੀ ਹੁੰਦਾ ਬਾਬਲ ਸੁਪਰੀਓ ਸਾਬ ਦਾ ਵੀ ਹੁੰਦਾ ਚੰਦਰਮੋਹਨ ਉਰਫ ਚਾਂਦ ਮੁਹੰਮਦ ਇਹ ਜਿਹੜਾ ਹਰਿਆਣਾ ਦਾ ਸਾਬਕਾ ਉਪ ਮੁੱਖ ਮੰਤਰੀ ਹੈ ਉਹਨੇ ਵੀ ਤਾਂ ਆਪਣੀ ਪ੍ਰੇਮਿਕਾ ਅਨੁਰਾਧਾ ਬਾਲੀ ਨਾਲ ਵਿਆਹ ਕਰਾ ਲਿਆ ਸੀ ਸੋ ਨetaਵਾਂ ਦੇ ਇਸ ਤਰ੍ਹਾਂ ਦੇ ਵਿਆਹ ਹੁੰਦੇ ਰਹਿੰਦੇ ਨੇ ਜੇ ਭਗਵੰਤ ਸਿੰਘ ਮਾਨ ਨੇ ਦੂਜਾ ਵਿਆਹ ਕਰਾਇਆ ਉਹਦਾ ਨਿੱਜ ਦਾ ਮਾਮਲਾ ਹੈ ਉਹਦੀ ਨਿੱਜਤਾ ਹੈ ਬਹੁਤ ਸਾਰੇ ਲੋਕ ਉਹਨਾਂ ਨੂੰ ਵਧਾਈ ਦੇ ਰਹੇ ਨੇ ਬਹੁਤ ਸਾਰੇ ਲੋਕ ਉਹਨਾਂ ਦੇ ਇਸ ਕਦਮ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਕ੍ਰਿਟਿਸਿਜ਼ਮ ਵੀ ਕਰ ਰਹੇ ਨੇ ਸੋ ਹਰ ਬੰਦੇ ਦਾ ਆਪੋ ਆਪਣਾ ਤਰੀਕਾ ਹੁੰਦਾ ਹੈ ਮੈਂ ਜਿਵੇਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਬਰੋਤਾ ਕਰੇ ਤਾਂ ਬੀਬੀ ਇੰਦਰਜੀਤ ਕੌਰ ਘਰੇ ਜਿਨ੍ਹਾਂ ਨਾਲ ਪਹਿਲਾ ਵਿਆਹ ਹੋਇਆ ਸੀ ਉਹਨਾਂ ਦਾ ਪੁੱਤਰ ਹੈ ਤੇ ਉਹਨਾਂ ਦੀ ਧੀ ਹੈਗੀ ਹੈ ਇਹ ਤਾਂ ਪਰਿਵਾਰ ਨੇ ਸੋਚ ਰਾ ਸੀ ਕਿ ਪੋਤੇ-ਪੁੱਤੀਆਂ ਵੱਡੇ ਨੇ ਤੇ ਪਰ ਕੋਕ ਨਿੱਜਤਾ ਦਾ ਮਾਮਲਾ ਨਿੱਜਤਾ ਦੇ ਮਾਮਲੇ ਦੇ ਵਿੱਚ ਅਸੀਂ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਕਰ ਸਕਦੇ ਇਹ ਉਹਨਾਂ ਦੇ ਪਰਿਵਾਰਕ ਫੈਸਲਾ ਹੈ ਕਿ ਉਹਨਾਂ ਨੇ ਦੂਜਾ ਵਿਆਹ ਕੀਤਾ ਆਪਣੀ ਖੁਸ਼ੀ ਲਈ ਕੀਤਾ ਤਾਂ ਉਹਨਾਂ ਦੇ ਸਾਰੇ ਜਿਹੜੇ ਵਿਧਾਇਕ ਹੈ ਉਹ ਬੜੇ ਅੱਜਕੱਲ ਖੁਸ਼ੀ ਦੇ ਵਿੱਚ ਭੰਗੜੇ ਲੱਡੂ ਬਣ ਰਹੇ ਨੇ ਸੋ ਉਹਨਾਂ ਦਾ ਆਗੂ ਆ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਭਗਵੰਤ ਸਿੰਘ ਮਾਨ ਨੇ ਦੂਜਾ ਵਿਆਹ ਰਚਾਇਆ ਜੀ ਇੱਕ ਖਬਰ ਨਿਕਲ ਗਈ ਸਾਹਮਣੇ ਇਹ ਕਿ ਆਪ ਵਿਧਾਇਕ ਨੇ ਈਟ ਨਾਲ ਜਿਹੜਾ ਹਲਵਾਈ ਤੇ ਹਮਲਾ ਕੀਤਾ ਈਟਲ ਸਾਹਿਬ ਇਹ ਕੀ ਹੈ ਪੁਰਾ ਇਹ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜੀ ਜੀ ਅਖਲੇਸ਼ ਤਰਪਾਠੀ ਜੀ ਲਾਲ ਬਾਗ ਇਲਾਕਾ ਜਨਕਪੁਰੀ ਦੇ ਵਿੱਚ ਜਹਾਂਗੀਰਪੁਰੀ ਦੇ ਵਿੱਚ ਜੀ ਦਿੱਲੀ ਦੇ ਵਿੱਚ ਜੀ ਉਹ ਕਹਿੰਦੇ ਵੀ ਇਹ ਵਿਧਾਇਕ ਸਭ ਉਸ ਇਲਾਕੇ ਦੇ ਵਿੱਚ ਗਏ ਸਨ ਜੀ ਤਾਂ ਉੱਥੇ ਇੱਕ ਦੋ ਸਕੇ ਭਰਾ ਨੇ ਗੁੱਡੂ ਤੇ ਮਕੇਸ਼ ਜੀ ਇਹਨਾਂ ਨੇ ਉਸ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਬਾਰੇ ਸਵਾਲ ਕਰ ਦਿੱਤਾ ਜੀ ਕਹਿੰਦੇ ਇਹਨਾਂ ਨੂੰ ਗੁੱਸਾ ਆ ਗਿਆ ਇਹਨਾਂ ਨੇ ਉਹਨਾਂ ਤੇ ਢਿਚਲਾਤੀ ਜੀ ਜਿਹੜੀ ਕਿ ਗੁੱਡੂ ਦੇ ਵੱਜੀ ਉੱਥੇ ਜਿਹੜਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ 323 341 ਦੀ ਧਾਰਾ ਤਹਿਤ ਵਿਧਾਇਕ ਸਾਹਿਬ ਤੇ ਦੂਜੇ ਪਾਸੇ ਵਿਧਾਇਕ ਸਾਹਿਬ ਇਹ ਕਹਿੰਦੇ ਨੇ ਕਿ ਇਹ ਹਲਵਾਈ ਭਰਾਵਾ ਦੀ ਸ਼ਰਾਬ ਪੀਤੀ ਹੋਈ ਸੀ ਖੜਿਆ ਨਹੀਂ ਜਾਂਦਾ ਸੀ ਮੰਨ ਲਓ ਜੇ ਉਹਨਾਂ ਨੇ ਸ਼ਰਾਬੀ ਪੀਤੀ ਹੋਈ ਸੀ ਤੁਹਾਨੂੰ ਉਸ ਇਲਾਕੇ 'ਚ ਬੁਲਾਇਆ ਤੁਹਾਡੇ ਨਾਲ ਬੰਦੇ ਬਹੁਤ ਤੇ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈ ਲਵੋ ਉਹਨਾਂ ਦਾ ਜਿਹੜਾ ਇਹ ਕਈ ਨਾ ਕੋਈ ਜਿਆਦਾ ਬਾਜਬ ਗੱਲ ਲੱਗਦੀ ਨਹੀਂ ਕਿ ਤੁਸੀਂ ਕਿਸੇ ਤੇ ਇੱਟ ਨਾਲ ਹਮਲਾ ਕਰ ਦਿਓ ਅਜੇ ਤਾਂ ਮਾਮੂਲੀ ਸੱਟਾਂ ਨੇ 323 341 ਦਾ ਪਰਚਾ ਦਰਜ ਹੋ ਗਿਆ ਕਹਿੰਦੇ ਸਿਰ ਦੇ ਵਿੱਚ ਸੱਟ ਵੱਜੀ ਹੈ ਜੇ ਡਾਕਟਰਾਂ ਨੇ ਕੋਈ ਰਿਪੋਰਟ ਹੋਰ ਦੇਤੀ ਕਿ ਇਹ ਸੱਟ ਦੇ ਨਾਲ ਬੰਦੇ ਦੀ ਜੀਵਨ ਨੂੰ ਖਤਰਾ ਹੋ ਸਕਦਾ ਸੀ ਤਾਂ ਇਹ ਧਾਰਾ 307 ਵੀ ਲੱਗ ਸਕਦੀ ਹੈ ਤੇ ਵਿਧਾਇਕ ਸਾਹਿਬ ਨੂੰ ਨਾਨੀ ਚੇਤੇ ਆਜੂਗੀ ਜਦੋਂ ਅਦਾਲਤਾਂ ਦੇ ਗਿਹੜੇ ਦੇਣੇ ਪਏ ਤੁਸੀਂ ਇਲਾਕੇ ਦੇ ਨਮਾਇंदे ਹੋ ਕੋਈ ਵੀ ਨਮਾਇੰਦਾ ਇਸ ਤਰ੍ਹਾਂ ਦੀ ਗੱਲ ਕਰੇ ਉਹ ਸ਼ੋਭਦਾ ਨਹੀਂ ਲੋਕਾਂ ਨੇ ਸਮੱਸਿਆਵਾਂ ਤੁਹਾਡੇ ਕੋਲ ਰੱਖਣੀਆਂ ਨੇ ਤੁਹਾਨੂੰ ਉਹਨਾਂ ਦਾ ਜਵਾਬ ਦੇਣਾ ਪਊਗਾ ਇਹ ਤੁਹਾਡਾ ਫਰਜ਼ ਹੈ ਜੀ ਜੀ ਇਸਲਾਵਾ ਇੱਕ ਗੱਲ ਕੀਤੀ ਹੈ ਬੇਅਦਬੀਤਾ ਬੇਅਦਬੀ ਮਾਮਲੇ ਦੇ ਵਿੱਚ ਤਿੰਨ ਡੇਰਾ ਪ੍ਰੇਮੀ ਨੂੰ ਤਿੰਨ ਤਿੰਨ ਸਾਲ ਦੀ ਜਿਹੜੀ ਅਦਾਲਤ ਨੇ ਸਜ਼ਾ ਸੁਣਾਈ ਹੈ ਜਿਸ ਵੇਲੇ ਬਰਗਾੜੀ ਦਾ ਇਹ ਮਾਮਲਾ 2015 ਦੇ ਵਿੱਚ ਵਾਪਰਦਾ ਉਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਹੋਰ ਵੀ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਜੀ ਉਹਨਾਂ ਦੇ ਵਿੱਚੋਂ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਇੱਕ ਮਲਕੇ ਜੀ ਇਹ ਉਹ ਮਲਕੇ ਪਿੰਡ ਹੈ ਜਿੱਥੋਂ ਦਾ ਗੁਰਦਾਸ ਮਾਨ ਦਾ ਗੀਤ ਲਿਖਣ ਵਾਲਾ ਆਪਣਾ ਪੰਜਾਬ ਹੋਵੇ ਦਾ ਮੱਖਣ ਬਰਾੜ ਹੈ ਜੀ ਇੱਥੇ ਵੀ ਬੇਅਦਬੀ ਹੋਈ ਪੰਜ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਦੇ ਵਿੱਚੋਂ ਤਿੰਨ ਬੰਦੇ ਅਮਰਦੀਪ ਦੀਪਾ ਮਿੱਠੂ ਤੇ ਪਿਰਥੀ ਇਹਨਾਂ ਨੂੰ ਮਾਨਯੋਗ ਅਦਾਲਤ ਹੈ ਫਰੀਦਕੋਟ ਦੀ ਇਹ ਹੈਗੀ ਹੈ ਇਹ ਇਹਨਾਂ ਨੂੰ ਅਦਾਲਤ ਨੇ ਜੱਜ ਸਾਹਿਬ ਦਾ ਨਾਮ ਹੈ ਜੀਐਮਸੀ ਜੁਡੀਸ਼ੀਅਲ ਮੈਜਿਸਟ੍ਰੇਟ ਰਾਹੁਲ ਗਰਗ ਜੀ ਉਹਨਾਂ ਨੇ 3 ਸਾਲ ਦੀ ਕੈਦ ਤੇ 5-5000 ਰੁਪਈਆ ਦਾ ਜੁਰਮਾਨਾ ਕੀਤਾ ਹੈ ਇਲਾਕੇ ਦੇ ਲੋਕ ਇਸ ਗੱਲ ਤੋਂ ਸੰਤੁਸ਼ਟ ਨਹੀਂ ਉਹ ਕਹਿੰਦੇ ਕਿ ਇਹ ਧਾਰਾ ਕਤਲ ਦੀ ਲਗਣੀ ਚਾਹੀਦੀ ਸੀ ਤੇ ਇਹਨਾਂ ਨੂੰ ਘੱਟੋ-ਘੱਟ ਉਮਰ ਕੈਦ ਹੁੰਦੀ ਤੇ ਪਤਾ ਲੱਗਦਾ ਕਿ ਦੂਜੇ ਦੇ ਧਰਮ ਦੇ ਵਿੱਚ ਜਾ ਕੇ ਦਖਲਅੰਦਾਜ਼ੀ ਕਰਨ ਦਾ ਕੀ ਫਲ ਮਿਲਦਾ ਹੈ ਦੋ ਬੰਦੇ ਨੇ ਇਹਨਾਂ ਦਾ ਨੋਆ ਹੈ ਦਵਿੰਦਰ ਤੇ ਦੂਜਾ ਹੈਗਾ ਸਤਪਾਲ ਸੱਤਾ ਇਹਨਾਂ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਵੀ ਕਰਤਾ ਕਿ ਇਹਨਾਂ ਤੇ ਇਹ ਦੋਸ਼ ਬਣਦੇ ਨਹੀਂ ਹੁਣ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਪਹਿਲੇ ਪ੍ਰੋਗਰਾਮ ਦੇ ਵਿੱਚ ਮੁੱਖ ਗਵਾਹ ਸੇਵਕ ਸਿੰਘ ਜੁੜੇ ਤੇ ਜਿਨ੍ਹਾਂ ਨੇ ਦੋਸ਼ ਲਾਇਆ ਕਿ ਮੇਰੀ ਕਿਸੇ ਸਿੱਖ ਜਥੇਬੰਦੀ ਨੇ ਮਦਦ ਨਹੀਂ ਕੀਤੀ ਇਤੋਂ ਤੱਕ ਕਿ ਮੈਨੂੰ ਦੋ ਅੰਗ ਰੱਖ ਕੇ ਦਿੱਤੇ ਗਏ ਸੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਦੋਂ ਦੁਬਾਰਾ ਵਾਪਸ ਲਏ ਉਹ ਵੀ ਵਾਪਸ ਲੈ ਲੇ ਮੈਨੂੰ ਧਮਕੀਆਂ ਮਿਲਦੀਆਂ ਨੇ 15 ਲੱਖ ਰੁਪਏ ਦੀ ਆਫਰ ਆਈ ਕਿ 6 ਕਰੋੜ ਅਸੀਂ ਪ੍ਰੇਮੀ ਐ ਤੇਰੀ ਬਾਹਵਾਲੀ ਝਾਗਦਾ ਕੋਈ ਉਹ ਕਹਿੰਦਾ ਇਹਦੇ باوجود ਮੈਂ ਗਵਾਈ ਦਿੱਤੀ ਤੇ ਕਿਸੇ ਨੇ ਮਦਦ ਨਹੀਂ ਕੀਤੀ ਤੇ ਅਸੀਂ ਨਾ ਦੇਈਆਂ ਇਸ ਮਾਮਲੇ ਦੇ ਵਿੱਚ ਸ਼ੁਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਰਹੀ ਇਹਦਾ ਵੱਡਾ ਵਕੀਲ ਕਰਕੇ ਦਿੱਤਾ ਜਾਂਦਾ ਪਰ ਸ਼ੁਰੂਣੀ ਕਮੇਟੀ ਨੇ ਤਾਂ ਉਹਨੂੰ ਸਜ਼ਾ maaf ਕਰਾਉਣ ਵਾਸਤੇ ਹੁਕਮ ਨਾਮੇ ਜਾਰੀ ਕਰਾਏ ਗਏ ਉਹਨਾਂ ਤੇ 92 ਲੱਖ ਰੁਪਿਆ ਖਰਚਿਆ ਗਿਆ ਲੱਖ ਰੁਪਿਆ ਇਹ ਵਕੀਲਾ ਤੇਰੀ ਖਰ ਸਕੇ ਹੁਣ ਵੀ ਜੇ ਵੱਧ ਸਜ਼ਾ ਵਾਸਤੇ ਇਹਨੂੰ ਚੁਣੌਤੀ ਦੇਣੀ ਹੈ ਤਾਂ ਉੱਚ ਅਦਾਲਤ ਦੇ ਵਿੱਚ ਸਖ਼ਤ ਜਥੇਬੰਦੀਆਂ ਨੂੰ ਇਹਨਾਂ ਤੋਂ ਆਸਨਾ ਰੱਖਿਓ ਸਖ਼ਤ ਜਥੇਬੰਦੀਆਂ ਆਪ ਅੱਗੇ ਆਉਣ ਮੈਂ ਸਮਝਦਾ ਕਿ ਇਸ ਕੇਸ ਦੇ ਵਿੱਚ ਸਖ਼ਤ ਜਥੇਬੰਦੀਆਂ ਵੀ ਢਿੱਲਮੱਠ ਵਰਤਕੀਆਂ ਨੇ ਉਹ ਢਿੱਲਮੱਠ ਨਹੀਂ ਰੱਖਣੀ ਚਾਹੀਦੀ ਸਗੋਂ ਹੋਰ ਸਖਤ ਤੋਂ ਸਖਤ ਸਜ਼ਾ ਦਬਾਉਣ ਦਾ ਯਤਨ ਕਰਨਾ ਚਾਹੀਦਾ ਜੀ ਇਸ ਸਬੰਧ ਵਿੱਚ ਗੱਲ ਕੀਤੀ ਭਗਵੰਤਪານ ਦੇ ਵਿਆਹ ਦੀ ਤਾਂ ਡਾਕਟਰ ਦਲਜੀਤ ਚੀਮਾ ਜੋ ਕਿ ਕਾਲੀਵਾਲ ਦੀ ਸੀਨੀਅਰ ਆਗੂ ਨੇ ਉਹਨਾਂ ਨੇ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਇੱਕ ਮਿੱਠਾ ਜਾਂ ਤੰਡ ਵੀ ਗਸਿਆ ਜੀ ਦੇਖੋ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਅਮਰਿੰਦਰ ਰਾਜਾ ਬੜਿੰਗ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਇੱਥੋਂ ਤੱਕ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ ਜੀ ਤੇ ਤੰਜ ਕਸਣਾ ਵੀ ਬਣਦਾ ਹੈਗਾ ਇਹ ਸਾਡਾ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਦਾ ਜਿਹੜਾ ਸੱਭਿਆਚਾਰਾ ਉਹਦਾ ਸੁਭਾਅ ਆ ਕਿ ਟਿਚਰਾਂ ਅਸੀਂ ਇੱਕ ਦੂਜੇ ਨੂੰ ਕਰਦੇ ਰਹਿੰਦੇ ਆ ਕਰਨੀਆਂ ਵੀ ਚਾਹੀਦੀਆਂ ਨੇ ਇੱਥੇ ਤਾਂ 2002 ਦੇ ਵਿੱਚ ਸਿਆਸੀ ਫਿਜ਼ਾ ਬਦਲੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਨਹੀਂ ਤਾਂ ਇਹ ਆਫਸ ਵਿੱਚ ਦੀ ਪਿਕਚਰੋ ਟ੍ਰਿਚਰੀ ਵਿਧਾਨ ਸਭਾ ਚ ਵੀ ਹੋਈ ਜਾਂਦੇ ਸਨ ਮੈਨੂੰ ਯਾਦ ਆ ਇੱਕ ਵਾਰੀ ਵੀਰ ਦਵਿੰਦਰ ਸਿੰਘ ਹੋਰੀ ਗੱਲ ਸੁਣਾਉਂਦੇ ਸੀ ਕਿ ਅਕਾਲੀਆਂ ਵੱਲੋਂ ਇੱਕ ਮਾਮਲੇ ਦੇ ਵਿੱਚ ਉਹਨਾਂ ਦੇ ਤੰਜ ਕਸਦਾ ਕਿਸੇ ਆਗੂ ਨੇ ਉੱਠ ਕੇ ਮੈਂ ਨਾ ਨਹੀਂ ਲੈਣਾ ਕਿ ਜੇ ਘੋੜੇ ਦੇਖਣੇ ਆ ਤਾਂ ਇਧਰੋਂ ਦੇਖ ਲਓ ਮੜੇ ਜੀ ਵੀਰ ਦਵਿੰਦਰ ਸਿੰਘ ਹੋਰਾਂ ਵੱਲ ਜੀ ਉਹ ਕਹਿੰਦੇ ਮੈਂ ਉਹਦੇ ਜਵਾਬ ਦੇ ਵਿੱਚ ਕਹਿਤਾ ਵੀ ਠੀਕ ਐ ਤਾਂ ਇੱਕ ਕੋਈ ਗਧਿਆਂ ਦੀ ਪਸ਼ੂ ਪਾਲਨ ਨੇ ਫੈਲ ਤਿਆਰ ਕੀਤੀ ਸੀ ਉਹ ਮਗਾਉਣੇ ਸਨ ਕਹਿੰਦੇ ਉਸੇ ਵਿਧਾਨ ਸਭਾ ਦੇ ਵਿੱਚ ਉਹ ਗੱਲ ਉੱਠੀ ਤੇ ਮੈਂ ਕਹੇ ਤਾਂ ਭਾਈ ਜੇ ਘੋੜਿਆਂ ਦਾ ਸਾਡੇ ਵਾਲੇ ਪਾਸੇ ਪੁੱਛਣਾ ਹੈ ਤਾਂ ਗਧਿਆਂ ਵਾਲੇ ਮਾਮਲੇ 'ਚ ਆ ਦੂਜੇ ਪਾਸੇ ਪੁੱਛ ਲਓ ਜੀ ਸੋ ਇਹ ਆਪਸ ਵਿੱਚ ਦੀ ਇਸ ਤਰ੍ਹਾਂ ਦੀ ਸਿੱਠਣੀਆਂ ਤੰਜ ਹੁੰਦੇ ਰਹਿੰਦੇ ਸੀ ਇਹਨਾਂ ਨੂੰ ਤਲਕੀ ਦੇ ਵਿੱਚ ਜੇ ਬਦਲੇ ਗਿਆ ਇਹ 2002 'ਚ ਬਦਲੇ ਗਿਆ ਸੀ ਜੀ ਇਸ ਵਾਰ ਫੇਰ ਵਿਧਾਨ ਸਭਾ ਦੇ ਵਿੱਚ ਉਹ ਪੁਰਾਣਾ ਮੌਸਮ ਦੇਖਿਆ ਗਿਆ ਜਦੋਂ ਅ ਇਹਨ ਸਾਰੇ ਵਿਧਾਇਕਾਂ ਨੇ ਖਾਣਾ ਵੀ ਇਕੱਠਿਆਂ ਬਹਿ ਕੇ ਖਾਦਾ ਇੱਥੋਂ ਤੱਕ ਕਿ ਸਾਡੇ ਸਪੀਕਰ ਸਾਹਿਬ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧੀ ਨੂੰ ਆਪ ਆਪਣੇ ਹੱਥਾਂ ਨਾਲ ਚਮਚਾ ਮੂੰਹ 'ਚ ਪਾ ਕੇ ਖਾਣਾ ਖੋਇਆ ਜੀ ਇਸ ਤੋਂ ਇਲਾਵਾ ਇੱਕ ਗੱਲ ਕੀਤੀ ਆਵੇਂ ਨਹਿਰੀ ਜ਼ਹਿਰੀਲੇ ਪਾਣੀ ਦੀਆਂ ਨਹਿਰਾਂ ਦੇ ਵਿੱਚ ਜ਼ਹਿਰੀਲਾ ਪਾਣੀ ਆਉਂਦੇ ਕਾਰਨ ਕਈ ਹਜ਼ਾਰਾਂ ਏਕੜ ਜਿਹੜੀਆਂ ਮੱਛੀਆਂ ਮਰ ਚੁੱਕੀਆਂ ਨੇ ਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਅਬੌਰ ਦਾ ਪਿੰਡ ਹੈ ਦਿਵਾਨ ਖੇੜਾ ਜੀ ਉੱਥੇ ਕਹਿੰਦੇ ਇੱਕ ਬਾ ਕਿਨੂਆ ਦਾ ਬਾਗ ਆ ਉਹਦੇ ਵਿੱਚ ਡਿੱਗੀ ਬਣੀ ਹੋਈ ਆ ਪਾਣੀ ਦੀ ਵੱਡੀ ਸਾਰੀ ਉੱਥੇ ਕਾਫੀ ਮੱਛੀਆਂ ਮਰ ਗਈਆਂ ਤੇ ਉਹ ਪਾਣੀ ਬਾਦ ਦੇ ਵਿੱਚ ਜਿਹੜੀ ਰਾਜਸਥਾਨ ਨਹਿਰ ਹੈ ਉਹਦੇ ਵਿੱਚ ਪਾ ਦਿੱਤਾ ਜਾਂਦਾ ਹੈ ਲੋਕਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਆ ਕਿ ਇਹ ਰਸਾਇਣ ਆਧਾਰਿਤ ਪਾਣੀ ਹੈ ਜਿਹਦੇ ਵਿੱਚ ਮੱਛੀਆਂ ਮਰੀਆਂ ਨੇ ਕਾਦੇ ਲਈ ਵਰਤਿਆ ਗਿਆ ਤੇ ਬਾਦ ਦੇ ਵਿੱਚ ਜਦੋਂ ਇਹ ਨਹਿਰ ਚ ਪਾਇਆ ਜਾਂਦਾ ਹੈ ਇਹ ਰਸਾਇਣ ਆਧਾਰਿਤ ਪਾਣੀ ਹੀ ਅਸਲ ਦੇ ਵਿੱਚ ਕੈਂਸਰ ਦਾ ਕਾਰਨ ਬਣਦਾ ਹੈ ਕੈਂਸਰ ਕਰਕੇ ਫੇਰ ਲੋਕਾਂ ਦੇ ਵਿੱਚ ਕੈਂਸਰ ਦੀ ਬਿਮਾਰੀ ਹੁੰਦੀ ਹੈ ਇੱਥੋਂ ਤੱਕ ਕਿ ਬ੍ਰਿਟਿੰਡੇ ਤੋਂ ਬੁਈਕਾ ਨੇਰ ਨੂੰ ਇੱਕ ਰੇਲ ਗੱਡੀ ਜਾਂਦੀ ਹੈ ਜਿਹਦਾ ਨਾਂ ਹੀ ਪਿਛਲੇ 2 ਦਹਾਕਿਆਂ ਤੋਂ ਕੈਂਸਰ ਟ੍ਰੇਨ ਪੈ ਗਿਆ ਹੈ ਕਿ ਕੈਂਸਰ ਵਾਲੀ ਰੇਲ ਗੱਡੀ ਤੇ ਜੇ ਇਹ ਕੁਝ ਜੀ ਅਸੀਂ ਕਰਨਾ ਹੈ ਇਹ ਬਹੁਤ ਮਾੜਾ ਹੈ ਮੈਂ ਬੇਨਤੀ ਕਰਾਂਗਾ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦਿਓ ਸੰਜਾਈ ਮੰਤਰੀ ਸਾਹਿਬ ਪਿੱਛੇ ਜੇ ਉੱਥੇ ਕਈਆਂ ਨੂੰ ਕਿਸ ਕੁਸੂ ਵੀ ਬਣਾ ਕੇ ਆਏ ਸੀ ਤੇ ਜੇ ਅਜੇ ਵੀ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਜ਼ਹਿਰੀਲਾ ਪਾਣੀ ਪੈ ਰਿਹਾ ਹੈ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਵੀ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਸ ਵੇਲੇ ਵੀ ਮੱਛੀਆਂ ਮਰਨ ਦਾ ਮਾਮਲਾ ਆਇਆ ਸੀ 5 ਕਰੋੜ ਦਾ ਜੁਰਮਾਨਾ ਕੀਤਾ ਗਿਆ ਸੀ ਉਹ ਮਿਲ ਵਾਲੇ ਨੂੰ ਜੀ ਵੱਡੇ ਘਰਾਣੇ ਦੀ ਮਿਲ ਸੀ ਉਹਦੇ ਤੇ ਠੰਡੇ ਵਾਸਤੇ ਚ ਪੈ ਗਿਆ ਅਜੇ ਤੱਕ ਪਤਾ ਨਹੀਂ ਕਿ ਉਹ 5 ਕਰੋੜ ਦਾ ਜੁਰਮਾਨਾ ਉਹਨਾਂ ਨੇ ਭਰਿਆ ਹੈ ਜਾਂ ਕੁਝ ਸਟੇ ਲੈ ਕੇ ਵਿੱਚੇ ਤੁਰੇ ਫਿਰਦੇ ਹੈ ਜੇ ਅਸੀਂ ਕੁਦਰਤੀ ਸੋਮਿਆਂ ਨੂੰ ਨਹੀਂ ਬਚਾਉਣਾ ਤੇ ਕੁਦਰਤੀ ਸੋਮਿਆਂ ਨੂੰ ਇਸੇ ਤਲਾ ਗੰਦਲਾ ਕਰਦਾ ਰਹਿਣਾ ਤੇ ਫਿਰ ਇਹ ਜਿਹੜੀ ਔਸਤਨ ਉਮਰ ਭਾਰਤ ਦੀ 65 ਸਾਲ ਆਈ ਹੈ ਪੰਜਾਬੀਆਂ ਦੀ ਅਗਲੇ ਸਾਲ ਦੇ ਸਮੇਂ ਦੇ ਵਿੱਚ 40 ਸਾਲ ਤੋਂ ਟੱਪੇਗੀ ਨਹੀਂ ਇਸ ਦੇ ਵਿੱਚ ਸਾਨੂੰ ਕੁਝ ਨਾ ਕੁਝ ਸੋਚਣ ਦੀ ਜ਼ਰੂਰਤ ਹੈ ਜੀ ਇਸ ਤਰ੍ਹਾਂ ਵੇਖ ਕੇ ਗੱਲ ਕੀਤੀ ਜਾਵੇ ਸਿਮਰਨਜੀਤ ਸਿੰਘ ਮਾਨ ਦੀ ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਵਿੱਕੀ ਮਿੱਡੂ ਖੜਾ ਕਤਲ ਮਾਮਲੇ ਦੇ ਵਿੱਚ ਜਿਹੜਾ ਸੁਖਵੀਰ ਬਾਲ ਤੋਂ ਵੀ ਪੁੱਛਗਿੱਛ ਕੀਤੀ ਆ ਵੀ ਸਰ ਸਵਰਨਜੀਤ ਸਿੰਘ ਮਾਨਾਜਬ ਠੰਡੇ ਦੇ ਵਿੱਚ ਗਏ ਸਨ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਮਾਮਲਾ ਉਠਾ ਲਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਨਸ਼ੇ ਦਾ ਬੋਲਬਾਲਾ ਵਧਿਆ ਕਬੱਡੀ ਦੇ ਟੂਰਨਾਮੈਂਟੇ ਨੇ ਸੁਖਵੀਰ ਸਿੰਘ ਬਾਦਲ ਨੇ ਸ਼ੁਰੂ ਕੀਤੇ ਵੱਡਿਆਂ ਵੱਡਿਆਂ ਧਨਾੜਾਂ ਤੋਂ ਪੈਸੇ ਲਏ ਅੰਤਰਰਾਸ਼ਟਰੀ ਕਹਿੰਦੇ ਮੈਂ ਖੇਡ ਬਣਾਤੀ ਉਸ ਰੂਪ ਦੇ ਵਿੱਚ ਗੈਂਗਸਟਰ ਪੈਦਾ ਹੋਏ ਜਿਹੜਾ ਬਿੱਕੂ ਮੈਡੂ ਖੇੜੇ ਦਾ ਕਤਲ ਹੋਇਆ ਉਸ ਮਾਮਲੇ ਦੇ ਵਿੱਚ ਮਾਨ ਸਾਹਿਬ ਨੇ ਇਲਜ਼ਾਮ ਲਾਤਾ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਵੀ ਪੁੱਛ ਕੇ ਚਲੀ ਸਦਿਆ ਜਾਵੇ ਉਹ ਤੋਂ ਪੁੱਛ ਕੇ ਚ ਕੀਤੀ ਜਾਵੇ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚੋਂ ਤੇ ਕਬੱਡੀ ਮਾਮਲੇ ਦੇ ਵਿੱਚੋਂ ਇਹ ਗੈਂਗਸਟਰ ਉਪਜੇ ਨੇ ਇਸ ਕਰਕੇ ਅਸੀਂ ਆਖਾਂਗੇ ਕਿ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੋਂ ਪੁੱਛਗਿਛ ਕੀਤੀ ਜਾਵੇ ਇਹ ਉਹਨਾਂ ਨੇ ਅੱਜ ਇਲਜ਼ਾਮ ਲਾ ਦਿੱਤਾ ਹੈਗਾ ਕਿ ਅ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਤੋਂ ਪੁੱਛਗਿਛ ਨਹੀਂ ਹੁੰਦੀ ਇਸ ਮਾਮਲੇ ਦੇ ਵਿੱਚ ਅਖੀਰ ਤੱਕ ਕੋਈ ਗੱਲ ਕਿਸੇ ਸਿਰੇ ਲੱਗਦੀ ਨਜ਼ਰ ਨਹੀਂ ਆ ਰਹੀ ਇਹ ਮਾਨ ਸਾਹਿਬ ਨੇ ਅੱਜ ਬਠਿੰਡੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਦੋਸ਼ ਲਾਇਆ ਹੈ ਜੀ ਇਸ ਤੋਂ ਇਲਾਵਾ ਇੱਕ ਗੱਲ ਕੀਤੀ ਮਿੱਡੂ ਖੇੜਾ ਮਿੱਡੂ ਖੇੜਾ ਕਤਲ ਮਾਮਲੇ ਦੀ ਤਾਂ ਉਸ ਦੇ ਵਿੱਚ ਜਿਹੜਾ ਸਿੱਧੂ ਮੂਸੇ ਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਸ਼ਗਨਪ੍ਰੀਤ ਸਾ ਉਸ ਦੀ ਅਦਾਲਤ ਦੇ ਵਿੱਚ ਅੱਜ ਤਰੀਕ ਸੀ ਜਿਸ ਨੂੰ ਰੱਖਮਾ ਰੱਖ ਲਿਆ ਗਿਆ ਜੀ ਇਸ ਕੇਸ ਦੇ ਵਿੱਚ ਉਹਨੇ ਅਗਾਊਂ ਜਵਾਨਤਾ ਮੰਗੀਆਂ ਸੀ ਜੀ ਅਗਾਊਂ ਜਵਾਨਤਾ ਮਾਮਲੇ ਦੇ ਵਿੱਚ ਸਰਕਾਰੀ ਤਰਫੋਂ ਕਿਹਾ ਗਿਆ ਕਿ ਉਹਦੀ ਆ ਲੋਕੇਸ਼ਨਾਂ ਇੱਥੇ ਹੁੰਦੀਆਂ ਨੇ ਮਾਨਯੋਗ ਅਦਾਲਤਰੇ ਵਿੱਚੋਂ ਵਿੱਚ ਟੋਕਾ ਟਕਾਈ ਕੀਤੀ ਕਿ ਉਹਦਾ ਫੋਨ ਦਾ ਆਈ ਐਮਈ ਨੰਬਰ ਤੇ ਦੂਜੇ ਨੰਬਰ ਦੀਆਂ ਲੋਕੇਸ਼ਨਾਂ ਮਲਾਈਆਂ ਨੇ ਇਹਦੇ ਵਿੱਚ ਅਦਾਲਤ ਨੇ ਕਈ ਟਿੱਪਣੀਆਂ ਵਿੱਚ ਵਿਚਵਚਾਲੇ ਕਰਦੇ ਰਹੇ ਔਰ ਸਰਕਾਰੀ ਤਰਫ ਤੇ ਉਹਦੇ ਪਛਾਹ ਪੱਖ ਦੇ ਤੇਰੇ ਸ਼ਗਨਪ੍ਰੀਤ ਦੇ ਦੀ ਇੱਕ ਦੂਜੇ ਦੇ ਨਾਲ ਬਹਿਸ ਆ ਜਿਹੜੀ ਅੱਜ ਮੁਕੰਮਲ ਹੋ ਗਈ ਹੈ ਇਹਨਾਂ ਫੈਸਲਾਮਾਨਯੋਗ ਅਦਾਲਤ ਨੇ ਰੱਖਵਾ ਰੱਖ ਲਿਆ ਹੈ। ਅਦਾਲਤ ਫੈਸਲਾ ਅਗਲੇ ਦਿਨਾਂ ਦੇ ਵਿੱਚ ਸੁਣਾਵੇਗੀ। ਉਦੋਂ ਪਤਾ ਲੱਗੇਗਾ ਕਿ ਸ਼ਗਨਪ੍ਰੀਤ ਨੂੰ ਕੋਈ ਰਾਹਤ ਮਿਲਦੀ ਵੀ ਹੈ ਜਾਂ ਨਹੀਂ ਮਿਲਦੀ। ਸ਼ਗਨਪ੍ਰੀਤ ਨੂੰ ਉਸ ਮਾਮਲੇ ਦੇ ਵਿੱਚ ਜੇ ਰਾਹਤ ਮਿਲਦੀ ਹੈ ਤੇ ਕਿੰਨੀ ਕੁ ਮਿਲਦੀ ਹੈ। ਜੇ ਉਹਨੂੰ ਗਾਉਂ ਜਵਾਨਤ ਮਿਲਦੀ ਹੈ ਜੇ ਅਦਾਲਤ ਜਵਾਨਤ ਦੇ ਦੇਵੇ। ਨਾਲ ਇਹ ਸ਼ਰਤ ਰੱਖ ਦੇਵੇ ਕਿ ਇਹ ਤੂੰ ਜਾ ਕੇ ਤਫਤੀਸ਼ ਦੇ ਵਿੱਚ ਹਾਜ਼ਰ ਹੋਵੋ ਮੈਨੂੰ ਲੱਗਦਾ ਕਿ ਜਦੋਂ ਅਦਾਲਤ ਦਾ ਫੈਸਲਾ ਆਵੇਗਾ ਉਸ ਤੋਂ ਬਾਅਦ ਪਤਾ ਲੱਗੇਗਾ ਜਾਂ ਅਦਾਲਤ ਇਹੋ ਕਹਿੰਦੀ ਹੈ ਕਿ ਤੁਸੀਂ ਪਹਿਲਾਂ ਜਾਂਚ ਏਜੰਸੀ ਕੋਲੇ ਜਾਵੋ ਜੇ ਉਹਦੀ ਰੱਦ ਹੋ ਗਈ ਜਵੰਤ ਉਹ ਹਾਈ ਕੋਰਟ ਜਾ ਸਕਦਾ ਹੈ ਨਾ ਸੁਪਰੀਮ ਕੋਰਟ ਜਾ ਸਕਦਾ ਹੈ ਜੇ ਸੁਪਰੀਮ ਕੋਰਟ ਤੋਂ ਵੀ ਰੱਦ ਹੋ ਗਈ ਤਾਂ ਫਿਰ ਉਹਨੂੰ ਜਾਂਚ ਏਜੰਸੀ ਦੇ ਸਾਹਮਣੇ ਆ ਕੇ ਪੇਸ਼ ਹੋਣਾ ਪਵੇਗਾ ਜੀ ਇਸ ਤਰ੍ਹਾਂ ਇੱਕ ਗਲਤੀ ਆਵੇ ਪਾਕਿਸਤਾਨ ਨੂੰ ਆਈ ਕੁੜੀ ਤਾਂ ਉਸਨੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਜਿਹੜਾ ਵਿਆਹ ਕਰਵਾਇਆ ਜੀ ਇਹ ਮੁੰਡਾ ਜਲੰਧਰ ਦਾ ਰਹਿਣ ਵਾਲਾ ਇਹਦਾ ਨਾਮ ਹੈ ਕਮਲ ਕਲਿਆਣ ਜੀ ਕੁੜੀ ਦਾ ਨਾਮ ਹੈ ਸਮਾਈਲਾ ਜੀ ਉਹ ਕਹਿੰਦੇ ਵੀ ਖਾਸੇ ਚਿਰ ਤੋਂ ਇਹਨਾਂ ਦੀ ਆਪਸ ਵਿੱਚ ਦੀ ਚੱਲਦੀ ਸੀ ਜਿਹੜਾ ਇਹ ਕਮਲ ਕਲਿਆਣ ਹੈ ਇਹਦੇ ਦਾਦਾ ਜੀ ਪਾਕਿਸਤਾਨ ਤੋਂ ਹੀ ਆਏ ਸੀ ਪਰਵਾਰਾਂ ਦੀ ਕੋਈ ਅੰਗਲੀ ਸੰਗਲੀ ਪੁਰਾਣੀ ਰਲਦੀ ਹੈ ਇੱਕ ਕਾਦੀਆਂ ਦਾ ਵਿਅਕਤੀ ਹੈ ਮੁਸਲਮਾਨ ਵਿਅਕਤੀ ਹੈ ਉਹਦਾ ਨਾਂ ਹੈ ਮਕਬੂਲ ਅਹਿਮਦ ਕਹਿੰਦੇ ਜਿਹੜਾ ਇਹ ਮਕਬੂਲ ਅਹਿਮਦ ਹੈ ਇਹਨੇ ਪਹਿਲਾਂ ਵੀ ਕਈ ਹਿੰਦੁਸਤਾਨ ਤੇ ਪਾਕਿਸਤਾਨ ਪਰਵਾਰਾਂ ਦਾ ਮੇਲ ਕਰਾਇਆ ਵਿਆਹ ਕਰਾਏ ਨੇ ਇਸ ਮਾਮਲੇ ਦੇ ਵਿੱਚ ਵੀ ਇਹਨੇ ਕਾਫੀ ਦਿਲਚਸਪੀ ਲਈ ਸਮੈਲਾ ਦੇ ਪਰਿਵਾਰ ਨੇ ਕਰੋਨਾ ਤੋਂ ਪਹਿਲਾਂ ਭਾਰਤ ਆਉਣਾ ਚਾਹਿਆ ਪਰ ਕਹਿੰਦੇ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਹੁਣ ਜਦੋਂ ਵੀਜ਼ਾ ਮਿਲ ਗਿਆ ਇਹ ਸ਼ਾਦੀ ਇਸ ਤਰ੍ਹਾਂ ਦੀ ਨਹੀਂ ਹੈਗੀ ਉਹ ਸਮੈਲਾ ਦੇ ਨਾਲ ਉਹਦੇ ਮਾਤਾ ਪਿਤਾ ਵੀ ਆਏ ਨੇ ਜੀ ਇਹ ਜਿਹੜਾ ਮਕਬੂਲ ਹੈ ਮੈਂ ਮਕਬੂਲ ਹੈ ਉਹ ਤਾਂ ਹੈ ਇਹਨੇ ਦੋਨਾਂ ਪਰਿਵਾਰਾਂ ਨੂੰ ਨੇੜੇ ਲਿਆਉਣ ਦੇ ਵਿੱਚ ਕਾਫੀ ਅ ਜਦੋਜਹਿਦ ਕੀਤੀ ਹੈ ਤੇ ਹੁਣ 9 ਜੁਲਾਈ ਨੂੰ ਦੁਨਾਂ ਦੇ ਵਹਿੰਦੀ ਲੱਗੇਗੀ ਤੇ 10 ਜੁਲਾਈ ਨੂੰ ਦਾ ਵਿਆਹ ਰੱਖਿਆ ਗਿਆ ਅਸੀਂ ਜਿੱਥੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦਿੰਦੇ ਆ ਦੂਜੇ ਵਿਆਹ ਦੀ ਇਹਨਾਂ ਦਾ ਪਹਿਲਾ ਇਸ ਕਰਕੇ ਇਹਨਾਂ ਨੂੰ ਵਧਾਈ ਦਿੰਦੇ ਆ ਕਿ ਦੋਹਾਂ ਮੁਲਕਾਂ ਦੇ ਵਿੱਚੋਂ ਆ ਕੇ ਦੇਖੋ ਇਹ ਸਾਡੇ ਹਕਮਰਾਨਾਂ ਨੂੰ ਸੋਚਣਾ ਚਾਹੀਦਾ ਕਿਵੇਂ ਲੋਕ ਸ਼ਰਧਾ ਤੋਂ ਪਾਰ ਆ ਜਾ ਕੇ ਵੀ ਇੱਕ ਦੂਜੇ ਨਾਲ mohabbat ਦੀ ਬਾਜੀ ਬਟਾ ਰਹੇ ਨੇ ਜੀ ਇਸ ਤੋਂ ਲਗਭਗ ਗੱਲ ਕੀਤੀ ਹੈ ਸਿੱਧੀ ਬਿਜਾਈ ਤੇ ਪੰਜਾਬ ਸਰਕਾਰ ਬਲੋਕ ਕਿਹਾ ਗਿਆ ਸੀ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਸਿੱਧੀ ਬਿਜਾਈ ਕਰਨ ਤਾਂ ਉਹਨਾਂ ਨੂੰ ਪ੍ਰਤੀ ਏਕੜ ਜਿਹੜਾ 1500 ਰੁਪਏ ਦਿੱਤਾ ਜਾਵੇਗਾ ਜਿਹਦੇ ਚੱਲਦੇ ਆ ਆਮ ਆਦਮੀ ਜਿਹਦੇ ਚੱਲਦੇ ਆ ਸੋਰੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵ代ਕ ਨੇ ਮਨਪ੍ਰੀਤ ਅਿਆਲੀ ਤਾਂ ਉਹਨਾਂ ਨੇ ਕਈ ਏਕੜ ਜਿਹੜੀ ਸਿੱਧੀ ਬਿਜਾਈ ਕੀਤੀ ਹੈ ਤੇ ਕਾਫੀ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ ਇਹ ਕਹਿ ਰਹੇ ਨੇ ਕਿ 40 ਕਿੱਲੇ ਜ਼ਮੀਨ ਹੈ ਉਹਨਾਂ ਦੀ ਜੀ ਇਹ 40 ਕਿੱਲੇ ਜ਼ਮੀਨ ਇਹ ਆਲੀ ਸਾਹਿਬ ਖੁਦ ਟਰੈਕਟਰ ਵੀ ਚਲਾਉਂਦੇ ਨੇ ਤੇ ਸਿੱਧੀ ਬਜਾਈ ਰਾਹੀਂ ਬੀਜਦੇ ਨੇ ਉਹ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਮੈਂ ਲਗਾਤਾਰ ਆਪਣੀ 40 ਏਕੜ ਜ਼ਮੀਨ ਦੇ ਵਿੱਚ ਸਿੱਧੀ ਬਜਾਈ ਕਰਦਾ ਹਾਂ ਜਿਹਦੇ ਨਾਲ ਪਾਣੀ ਬਹੁਤ ਵੱਡੀ ਪੱਧਰ ਦੇ ਉੱਤੇ ਬਚਦਾ ਹੈ ਇਹ ਗੱਲ ਉਹਨਾਂ ਦੀ ਕਹਿਣੀ ਹੈ ਇੱਕ ਸੁਨੇਹਾ ਵੀ ਹੈ ਜੀ ਕਿ ਜਦੋਂ ਸਾਡੇ ਆਗੂ ਸਾਡੇ ਨੇਤਾ ਲੋਕ ਇਸ ਵਿਧੀਆਂ ਨੂੰ ਅਪਣਾਉਂਦੇ ਨੇ ਤਾਂ ਸੁਭਾਵਕ ਆ ਉਹਨੂੰ ਪਿੰਡ ਦੇ ਵਿੱਚ ਦੂਜੇ ਵੀ ਅਪਣਾਉਣ ਦਾ ਯਤਨ ਕਰਦੇ ਆ ਅਕਸਰ ਪਿੰਡਾਂ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਅਗਾਹ ਬਦੂ ਕਿਸਾਨ ਹੈ ਅਗਾਹ ਬਦੂ ਕਿਸਾਨ ਜਦੋਂ ਵੀ ਕੋਈ ਚੀਜ਼ ਕਰਦਾ ਹੈ ਦੂਜਾ ਉਸ ਨੂੰ ਅਪਣਾਉਣ ਦਾ ਯਤਨ ਕਰਦਾ ਹੈ ਇੱਥੇ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਅਪਣਾਉਣ ਦਾ ਯਤਨ ਕੀਤਾ ਗਿਆ ਇਹ ਚੰਗੀ ਗੱਲ ਹੈ ਇਹਦੇ ਵਿੱਚ ਅਸੀਂ ਸਮਝਾਂਗੇ ਕਿ ਇਦੇ ਨਾਲ ਕਾਫੀ ਵਧੀਆ ਇਹ ਪਿਰਤ ਚੱਲੀ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਲਦੀ ਰਹੇਗੀ ਇੱਕ ਚੰਗੀ ਪਿਰਤ ਐ ਇਸ ਪਿਰਤ ਦਾ ਦੂਜਿਆਂ ਨੂੰ ਵੀ ਫਾਇਦਾ ਉਠਾਉਣਾ ਚਾਹੀਦਾ ਜਿਵੇਂ ਅੱਜ ਕਿਹਾ ਗਿਆ ਕਿ ਸਾਨੂੰ ਪਾਣੀ ਬਚਾਉਣ ਵਾਸਤੇ ਝੋਨੇ ਦੀ ਥਾਂ ਤੇ ਬਦਲੀਆਂ ਫਸਲਾਂ ਨੂੰ ਅਪਣਾਉਣਾ ਚਾਹੀਦਾ ਜੀ ਇਸ ਤਰ੍ਹਾਂ ਇੱਕ ਗੱਲ ਕੀਤੀ ਹੋਏ ਮੰਤਰੀ ਕਿ ਨਵੇਂ ਮੰਤਰੀ ਬਣੇ ਕੈਬਨਟ ਮੰਤਰੀ ਅਮਨ ਰੋੜਾ ਦਿੱਤਾ ਉਹਨਾਂ ਨੇ ਅੱਜ ਆਪਣਾ ਜਿਹੜਾ ਅਹੁਦਾ ਸੰਭਾਲਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਬਦਲ ਫੇਰ ਹੋਇਆ ਤੇ ਕਈ ਜਿਹੜੇ ਨਵੇਂ ਮੰਤਰੀ ਨੇ ਉਹ ਸ਼ਾਮਲ ਕੀਤੇ ਗਏ ਨੇ ਤੇ ਅਮਨ अरोड़ा ਨੇ ਅੱਜ ਆਪਣਾ ਅਹੁਦਾ ਸੰਭਾਲਿਆ। ਅਮਨ अरोड़ा ਸ람 ਦੇ ਵਿਧਾਇਕ ਨੇ ਸਵੇਰੇ ਉਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਵਧਾਈ ਦੇਣ ਪਹੁੰਚੇ ਸਨ, ਸਵਾਗਤ ਕਰਨ ਪਹੁੰਚੇ ਸਨ। ਉਹਨਾਂ ਨੂੰ ਮਹਿਕਮਾ ਮਿਲਦਾ ਹੈਗਾ ਮਕਾਨਾਂ وصਾਰੀ شہری ਮਕਾਨ ਬਕਾਸ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਉਹਨਾਂ ਨੇ ਅਜោਦਾ ਸੰਭਾਲ ਲਿਆ ਬਹੁਤ ਸਾਰੇ ਮੰਤਰੀ ਵਿਧਾਇਕ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਤੇ ਹੋਰ ਸ਼ਕਸ਼ੀਤਾ ਉਥੇ ਹਾਜ਼ਰ ਸਨ ਅਮਨ ਰੂਰਾ ਸਾਹਿਬ ਨੇ ਅੱਜ ਇਹ ਆਪਣਾ ਅਹੁਦਾ ਸੰਭਾਲ ਲਿਆ ਹੈ ਉਮੀਦ ਹੈ ਕਿ ਲੋਕ ਸੰਪਰਕ ਰਾਹੀਂ ਜਿਵੇਂ ਪੱਤਰਕਾਰਾਂ ਦਾ ਤੇ ਸਰਕਾਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਨਗੇ ਚੰਨੀ ਸਾਹਿਬ ਪੱਤਰਕਾਰਾਂ ਦੀ ਪੈਨਸ਼ਨ 15000 ਰੁਪਏ ਕਰਗੇ ਸਨ ਉਹਨੂੰ ਬਰਕਰਾਰ ਕਰਦੇ ਹੋਏ ਜੇ ਉਹਦੇ 'ਚ ਥਿਲ ਫੁੱਲ ਵਧਾ ਸਕਦੇ ਆ ਤੇ ਚੰਗੀ ਗੱਲ ਐ ਨਹੀਂ ਘੱਟੋ ਘੱਟ ਉਹਨਾਂ ਕ ਤਾ ਨੋਟੀਫਿਕੇਸ਼ਨ ਕਰਾ ਕੇ ਉਹਨੂੰ ਲਾਗੂ ਕਰਾਉਣ ਦਾ ਆਮਨ अरोड़ा ਸਾਹਿਬ ਯਤਨ ਕਰਨਗੇ ਜੀ ਧੰਨਵਾਦ ਜੀ ਇਹ ਸਾਡਾ D5 ਦੇ ਸੀਨੀਅਰ ਡਾਇਰੈਕਟਰ ਜਸਪਾਲ ਸਿੰਘ ਢਿਲੋਈ ਜਿਨ੍ਹਾਂ ਨੇ ਬੋਕੋ ਬੋਕਰ ਮੁੱਦੇ ਤੇ ਚਰਚਾ ਕੀਤੀ ਹੈ ਹੁਣ ਦੇਖਣਾ ਹੋਊਗਾ ਕਿ ਜੋ ਨਵੇਂ ਕੈਬਨਿਟ ਦੇ ਵਿੱਚ ਮੰਤਰੀ ਲਿਆਉਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਹੋਰ ਕਿੰਨਾ ਕੁ ਸੁਧਾਰ ਹੋਦਾ ਹੈ ਤੇ ਕਿਹੜੇ-ਕਿਹੜੀਆਂ ਜਿਹੜੀਆਂ ਨਵੇਂ ਸਕੀਮਾਂ ਪੰਜਾਬ ਨੂੰ ਮਿਲਣਗੀਆਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ